ਨਸ਼ੇ ਦੇ ਕਾਰਨ ਸੂਬੇ ਵਿੱਚ ਨੌਜਵਾਨਾਂ ਦੀ ਹੋ ਰਹੀ ਮੌਤ ਦੇ ਚੱਲਦੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਜਿਸ ਦੇ ਚੱਲਦੇ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਦੇ ਵੀ ਇਹ ਸ਼ਬਦ ਨਹੀਂ ਕਹੇ ਗਏ ਸੀ ਕਿ ਉਹ ਇੱਕ ਮਹੀਨੇ ਵਿੱਚ ਨਸ਼ੇ ਨੂੰ ਖਤਮ ਕਰ ਦੇਣਗੇ, ਬਲਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾਵੇਗੀ, ਜਿਸ ਉੱਤੇ ਠੱਲ ਪਾਈ ਜਾ ਰਹੀ ਹੈ। ਮੁੱਖ ਮੰਤਰੀ ਦੇ ਆਏ ਬਿਆਨ ਦੇ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੋਈ ਸ਼ਖਸ ਉਹਨਾਂ ਨੂੰ ਨਸ਼ਾ ਤਸਕਰ ਦੀ ਸੂਚਨਾ ਦਿੰਦਾ ਹੈ ਤਾਂ ਉਹ ਉਸ ਸ਼ਖਸ ਨੂੰ ਇਨਾਮ ਦੇਣਗੇ। ਦੂਜੇ ਪਾਸੇ ਜੇਕਰ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਪਠਾਨਕੋਟ ਵਿਖੇ ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਮੁੱਖ ਮੰਤਰੀ ਵੱਲੋਂ ਨਸ਼ੇ ਖਿਲਾਫ਼ ਉਲੀਕੀ ਗਈ ਮੁਹਿੰਮ ਦੀ ਸ਼ਲਾਘਾ ਕਰਦੇ ਨਜ਼ਰ ਆਏ। ਨਸ਼ਾ ਤਸਕਰਾਂ ਦੀ ਖ਼ਬਰ ਦੇਣ ਵਾਲੇ ਨੂੰ ਇਨਾਮ ਦਿੱਤੇ ਜਾਣ ਦੀ ਗੱਲ ਕਹਿਣ ਵਾਲੇ ਵਿਧਾਇਕ ਜੋਗਿੰਦਰ ਪਾਲ ਨਾਲ ਜਦ ਨਿਊਜ਼ ਨੰਬਰ ਦੀ ਟੀਮ ਨੇ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਕੱਲਾ ਮੁੱਖ ਮੰਤਰੀ ਜਾਂ ਇਕੱਲਾ ਵਿਧਾਇਕ ਇਸ ਮਸਲੇ ਤੇ ਕੁਝ ਵੀ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ, ਇਸ ਲਈ ਉਹਨਾਂ ਵੱਲੋਂ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਨੂੰ 5,000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਕੁਛ ਨਹੀਂ ਕਰ ਸਕਦਾ, ਇਕੱਲਾ ਜੋਗਿੰਦਰ ਪਾਲ ਕੁਛ ਨਹੀਂ ਕਰ ਸਕਦਾ। ਜਿੰਨੇ ਚੱਕਰ ਲੋਕਾਂ ਦਾ ਸਹਿਯੋਗ ਨਹੀਂ ਹੋਏਗਾ, ਕੋਈ ਵੀ ਚੀਜ਼ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜਿਹਦਾ ਮੈਂ ਵੀ ਇੱਕ ਬਿਆਨ ਲਾਇਆ ਕਿ ਜੇ ਕੋਈ ਨਸ਼ਾ ਕਰਦਾ ਚਿੱਟਾ ਵੇਚਦਾ ਤਾਂ ਮੈਨੂੰ ਉਹਦੀ ਇਨਫੋਰਮੇਸ਼ਨ ਦਿਓ, ਉਹਨੂੰ ਮੈਂ ਇਨਾਮ ਦਿਆਂਗਾ। ਉਸ ਬੰਦੇ ਜੋ ਜਿਹੜਾ ਬੰਦਾ ਇਨਫੋਰਮੇਸ਼ਨ ਦੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ। ਇਹਦੀ ਇੱਕ ਸਿਸਟਮ ਹੈ ਲੋਕਾਂ ਨੂੰ ਨਾਲ ਚਲਾਉਣ ਦਾ, ਇਹ ਇੱਕ ਸਿਸਟਮ ਹੈ ਲੋਕਾਂ ਨੂੰ ਅਵੇਅਰਨੈਸ ਦੇਣ ਦਾ। ਜਿਹੜਾ ਵੀ ਜਿਹਦਾ ਨਾਮ ਮਤਲਬ ਦੱਸਦਾ ਉਜਾਗਰ ਕਰਦਾ, ਮੈਂ ਉਸ ਬੰਦੇ ਨੂੰ 5,000 ਰੁਪਏ ਇਨਾਮ ਦਿਆਂਗਾ। ਦੂਜੇ ਪਾਸੇ ਜਦ ਇਸ ਬਾਰੇ ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਤੋਂ ਭੱਜ ਨਹੀਂ ਸਕਦੇ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਗੇ ਤਾਂ ਉਹਨਾਂ ਨੂੰ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਜੋ ਮੁਹਿੰਮ ਲਿਖੀ ਗਈ ਹੈ ਉਸ ਦੀ ਉਹ ਸ਼ਲਾਘਾ ਕਰਦੇ ਹਨ। ਪ੍ਰਿੰਸ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਨੱਸ ਸਕਦੇ। ਉਹਨਾਂ ਨੇ ਗੁਟਕੇ ਦੀ ਕਸਮ ਖਾ ਕੇ ਇਹ ਗੱਲ ਕਹੀ ਸੀ ਕਿ ਮਹੀਨੇ ਦੇ ਅੰਦਰ ਅੰਦਰ ਪੰਜਾਬ 'ਚੋਂ ਮੈਂ ਨਸ਼ਾ ਖਤਮ ਕਰਾਂਗਾ। ਮਹੀਨਾ ਕੀ 1.5 ਸਾਲ ਬੀਤ ਗਿਆ ਔਰ ਅਜੇ ਉਹ ਯੋਜਨਾ ਬਣਾ ਰਹੇ ਨੇ ਕਿ ਵੀ ਨਸ਼ੇ ਨੂੰ ਖਤਮ ਕਿਤੇ ਕਰਨਾ। ਕਦੇ ਉਹ ਪਲੈਨਿੰਗ ਕਰਦੇ ਨੇ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਮੌਤ ਦੀ ਸਜ਼ਾ ਦੇ ਦਿਓ, ਕਦੇ ਕੁਛ ਮੌਤ ਦੀ ਸਜ਼ਾ ਤਾਂ ਦੇਣੀ ਨਹੀਂ ਕਿਸੇ ਨੂੰ। ਸਵਾਲ ਇਹ ਹੈ ਕਿ ਕੈਪਟਨ ਸਾਹਿਬ ਆਪਣੀ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ। ਫਿਰ ਵੀ ਇਨ ਸਪਾਈਟ ਆਫ ਆਲ ਸ਼ਾਰਟ ਕਮਿੰਗਸ ਕੈਪਟਨ ਅਮਰਿੰਦਰ ਸਿੰਘ ਨੇ ਜੋ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਹੈ, ਆਈ ਐਪਰੀਸ਼ੀਏਟ ਦੈਟ, ਪਰ ਉਹ ਆਪਣਾ ਵਾਅਦਾ ਪੂਰਾ ਕਰੇ ਕਿ ਮੈਂ ਟੋਟਲੀ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ।